ਲੋਕ ਸਭਾ ਚੋਣਾਂ ਦਾ ਜਿਹੜਾ ਕਿ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ। ਗੱਲ ਜੇਕਰ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 13 ਜਦੋਂ ਜਿਹੜਾ ਕਿ ਨਾਰਾ ਦਿੱਤਾ ਗਿਆ ਤਾਂ ਕੱਲ੍ਹ ਵੀ ਸਾਰੇ 13 ਲੋਕ ਸਭਾ ਹਲਕਾ ਦੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਗਈ ਸੀ ਤਾਂ ਅੱਜ ਵੀ ਵੱਖ ਵੱਖ ਹਲਕਿਆਂ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਜਿਹੜੀ ਕਿ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਂ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਵਲੰਟੀਅਰ ਮੀਟ ਰੱਖੀ ਗਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੁਧਿਆਣੇ ਦੇ 9 ਵਿਧਾਨ ਸਭਾ ਹਲਕਿਆਂ ਤੋਂ ਵਰਕਰ ਅਤੇ ਲੀਡਰ ਨੇ ਜਿਹੜੇ ਕਿ ਉਹ ਇੱਥੇ ਪਹੁੰਚੇ ਨੇ, ਅਹੁਦੇਦਾਰ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਜੀ ਮੌਜੂਦ ਨੇ। ਸੋ ਸਾਹਿਬ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਨਾਰਾ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 13-0 ਦਾ, ਤਾਂ ਕਿਵੇਂ ਪੂਰੇ ਕੀਤੇ ਜਾਣਗੇ ਸਾਰੇ? ਤੁਹਾਨੂੰ ਯਾਦ ਆ ਵੀ ਮੁੱਖ ਮੰਤਰੀ ਸਾਹਿਬ ਹਰੇਕ ਵਾਰੀ ਕਹਿੰਦੇ ਨੇ ਵੀ ਮੇਰੇ 32 ਦੰਦ ਨੇ, ਜੋ ਕਹਿੰਦੇ ਨੇ 101% ਪੂਰਾ ਹੁੰਦਾ। ਜੇ ਉਹਨਾਂ ਨੇ 13-0 ਕਿਹਾ ਤਾਂ 13-0 ਅਟਲ ਸੱਚਾਈ ਹੈ। ਇਹ ਅਸੀਂ ਸਮੁੱਚੇ ਵਰਕਰ, ਸਾਰੇ MLA ਸਾਹਿਬਾਨ, ਸਾਰੇ ਅਹੁਦੇਦਾਰ ਸਾਹਿਬਾਨ ਇਸ ਗੱਲ ਲਈ ਦ੍ਰਿੜ ਹਾਂ, ਵਚਨਬੱਧ ਹਾਂ ਕਿ ਮੁੱਖ ਮੰਤਰੀ ਸਾਹਿਬ ਦਾ ਕੀਤਾ ਹੋਇਆ ਜਿਹੜਾ ਵਚਨ ਅਸੀਂ ਪੂਰਾ ਕਰੀਏ। ਲੁਧਿਆਣਾ ਦੇ ਵਿੱਚ ਮੁੱਦੇ ਕਿਸ ਤਰ੍ਹਾਂ ਦੇ ਲੈ ਕੇ ਉਤਰੇ ਹੋ? ਦੇਖੋ, ਪਿਛਲੇ 10 ਸਾਲ ਤੋਂ ਜਿਹੜੇ ਇੱਥੇ ਮੈਂਬਰ ਪਾਰਲੀਮੈਂਟ ਸੀ, ਨਾ ਤਾਂ ਉਹਨਾਂ ਨੇ ਕਿਸੇ ਦਾ ਫੋਨ ਚੱਕਿਆ, ਨਾ ਕਿਸੇ ਨੂੰ ਮਿਲੇ ਨੇ। ਅਗਰ ਮਿਲੂਗੇ ਤਾਂ ਹੀ ਮੁੱਦੇ ਪਤਾ ਲੱਗਣਗੇ। ਅਗਰ ਜਿਹੜੇ ਕੰਮ ਚੱਲਦੇ ਸੀ, ਚੱਲਦੇ ਕੰਮਾਂ ਜਿਹੜੇ ਆਮ ਆਦਮੀ ਪਾਰਟੀ ਨੇ ਯਤਨ ਕਰਿਆ, ਉਹਨਾਂ ਦੇ ਉਦਘਾਟਨਾਂ 'ਤੇ ਵਿਘਨ ਜ਼ਰੂਰ ਪਹੁੰਚ ਜਾਂਦੇ ਸੀ। ਇਸ ਲਈ ਹੁਣ ਜਦੋਂ ਪੱਪੀ ਜੀ ਮੈਂਬਰ ਪਾਰਲੀਮੈਂਟ ਬਣਨਗੇ ਤਾਂ ਮੈਂ ਸਮਝਦਾ ਲੁਧਿਆਣੇ ਵਾਸੀਆਂ ਨੂੰ ਇੱਕ ਆਸ ਵੱਜੂਗੀ ਕਿ ਹੁਣ ਲੁਧਿਆਣੇ ਦੀ ਆਵਾਜ਼ ਦਿੱਲੀ ਵਿੱਚ ਬੁਲੰਦ ਕਰਨ ਵਾਲਾ ਕੋਈ ਸ਼ੇਰ ਆ ਗਿਆ। ਤੁਸੀਂ ਪਿਛਲੇ ਸੰਸਦ ਦੀ ਗੱਲ ਕੀਤੀ ਹੈ ਰਮਨੀਤ ਬਿੱਟੂ ਦੀ, ਪਹਿਲਾਂ ਉਹ ਕਾਂਗਰਸ ਪਾਰਟੀ ਤੋਂ ਲੜਦੇ ਰਹੇ ਨੇ, 2 ਵਾਰ ਸੰਸਦ ਬਣੇ ਨੇ, ਤਾਂ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਤੇ ਕਿਹਾ ਜਾ ਰਿਹਾ ਕਿ ਭਾਜਪਾ ਦੀ ਜਿਹੜੀ ਕਿ ਹਵਾ ਇਸ ਟਾਈਮ ਦੇਸ਼ ਦੇ ਵਿੱਚ ਚੱਲ ਰਹੀ ਹੈ। ਦੇਖੋ, ਹਵਾ ਦੇਸ਼ ਦੇ ਵਿੱਚ ਚੱਲਦੀ ਹੋ, ਮੈਨੂੰ ਇਸ ਗੱਲ ਦਾ ਇਲਮ ਨਹੀਂ, ਨਾ ਮੈਂ ਉਹ ਗੱਲ ਤੁਹਾਨੂੰ ਕਹਿਣਾ ਵੀ ਅੱਗੇ ਵਾਲੀ ਗੱਲ ਨਹੀਂ ਹੈ। ਜੇ ਤੁਸੀਂ ਕਹੋ ਵੀ ਭਾਜਪਾ ਦੀ ਹਨੇਰੀ ਚੱਲਦੀ ਹੈ, ਕੋਈ ਹਨੇਰੀ ਨਹੀਂ ਚੱਲਦੀ। ਜਿਹੜੀ ਗੱਲ ਪੰਜਾਬ ਦੀ ਕਰੀਏ, ਇੱਥੇ ਆਮ ਆਦਮੀ ਪਾਰਟੀ ਦੀ ਹਨੇਰੀ ਚੱਲਦੀ ਹੈ। ਜਿਹੜਾ ਉਹਨਾਂ ਨੇ ਫੈਸਲਾ ਲਿਆ, ਬਹੁਤ ਹੀ ਮਾਰੂ ਫੈਸਲਾ ਲਿਆ, ਕਿਉਂਕਿ ਮੈਂ ਸਮਝਦਾ ਵੀ ਜਿਹੜੇ ਬੰਦੇ ਦਲ ਬਦਲਣ ਦੀ ਜਾਂ ਇਸੇ ਤਰ੍ਹਾਂ ਦੀ ਆਦਤ ਹੁੰਦੀ ਹੈ, ਉਹ ਆਦਤ ਤੋਂ ਮਜਬੂਰ ਹੁੰਦੇ ਨੇ, ਕਰ ਜਾਂਦੇ ਨੇ। ਪਰ ਬਿੱਟੂ ਜੀ ਦੇ ਵੱਲੋਂ ਇਹ ਫੈਸਲਾ ਲਿਆ ਜਾਣਾ, ਜਿਨ੍ਹਾਂ ਦੇ ਦਾਦਾ ਜੀ ਨੇ ਕਾਂਗਰਸ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਦਾ ਲਿਆ ਫੈਸਲਾ ਬਹੁਤ ਮਾਰੂ ਫੈਸਲਾ ਮੈਂ ਸਮਝਦਾ। ਜਿੱਥੇ ਵਰਕਰਾਂ ਦੇ ਹੌਸਲੇ ਬਿਲਕੁਲ ਟੁੱਟ ਗਏ, ਉੱਥੇ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਨੇ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਪੱਪੀ ਨੂੰ ਹੀ ਜਿਹੜਾ ਅਸੀਂ ਆਪਦਾ ਮੈਂਬਰ ਪਾਰਲੀਮੈਂਟ ਬਣਾਏ। ਸਿੱਧੂ ਜੀ, ਲੋਕਾਂ ਦੇ ਵਿੱਚ ਵਿਚਰਦੇ ਹੋ, ਲੋਕਾਂ ਦੇ ਮਨ 'ਚ ਟੋਲਣ ਦੀ ਕੋਸ਼ਿਸ਼ ਕੀਤੀ, ਲੋਕਾਂ ਦੇ ਮਨਾਂ 'ਚ ਚੱਲ ਕੀ ਰਿਹਾ ਇਸ ਵਾਰੀ? ਲੋਕਾਂ ਦੇ ਮਨ ਦੇ ਵਿੱਚ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਅਸੀਂ ਵਲੰਟੀਅਰ ਵੀ ਭੇਜਦੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲੀ ਜਦੋਂ ਮਨ ਨੂੰ ਹੌਸਲਾ ਆਉਂਦਾ ਬਈ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਯਾਰ ਜਿਹੜੀ ਆਹ ਬਿਜਲੀ ਫ੍ਰੀ ਕਰਤੀ ਨਾ, ਤੁਹਾਨੂੰ ਵੋਟਾਂ ਮੰਗਣ ਆਉਣ ਦੀ ਲੋੜ ਨਹੀਂ। ਜੇ ਕੋਈ ਹੋਰ ਅਗਲੀ ਗਲੀ 'ਚ ਬੰਦੇ ਭੇਜਦੇ ਆ, ਉਹ ਕਹਿੰਦੇ ਯਾਰ ਸਾਡੇ ਇੰਨੇ ਪੈਸੇ ਲੱਗਦੇ ਸੀ ਇਲਾਜ 'ਤੇ, ਸਾਡਾ ਕੋਈ ਪੈਸਾ ਨਹੀਂ ਲੱਗਦਾ, ਹੁਣ ਸਾਡਾ ਫ੍ਰੀ ਇਲਾਜ ਹੁੰਦਾ, ਬੱਚੇ ਸਾਡੇ ਚੰਗੇ ਸਕੂਲਾਂ 'ਚ ਫ੍ਰੀ ਪੜ੍ਹਦੇ ਨੇ, ਮਹਿਲਾਵਾਂ ਨੂੰ ਫ੍ਰੀ ਹੈ। ਜਿਹੜੇ ਦੇਖੋ ਕਿਸਾਨੀ ਪੰਜਾਬ ਦਾ ਧੁਰਾ, ਇਹ ਪਹਿਲੀ ਸਰਕਾਰ ਹੈ ਕਿ ਜਿਨ੍ਹਾਂ ਨੇ ਬਿਜਲੀ, ਜਦੋਂ ਵੀ ਕਿਸਾਨ ਆਪਦੀ ਮੋਟਰ ਚਲਾਉਣ ਗਿਆ, ਬਟਨ ਦੱਬਿਆ ਤਾਂ ਲਾਈਟ ਆ ਗਈ, ਹਨੇਰਿਆਂ 'ਚ ਫਿਰਨ ਦੀ ਲੋੜ ਨਹੀਂ। ਇਸ ਲਈ ਮੈਂ ਸਮਝਦਾ ਵੀ ਲੋਕ ਮਨ ਬਣਾਈ ਬੈਠੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਧ ਤੋਂ ਵੱਧ ਕੈਂਡੀਡੇਟ ਜਿਤਾ ਕੇ ਜਿਹੜੀ ਹੈ ਭੇਜੀਏ, ਤਾਂ ਜੋ ਭਾਜਪਾ ਨੇ ਜਿਹੜਾ ਤਾਨਾਸ਼ਾਹੀ ਰੁਪਈਆ ਅਪਣਾਇਆ ਹੈ, 8,000 ਕਰੋੜ ਰੁਪਈਆ ਸਾਡਾ ਰੋਕਿਆ ਹੈ, ਉਹਨੂੰ ਮਿਲਣ ਦੀ ਆਸ ਬੱਝੇ। ਤੁਸੀਂ ਸਕੋਪ ਕਰਕੇ ਦੇਖੋ ਕਿ ਅਗਰ 8,000 ਕਰੋੜ ਅੱਜ ਸਾਡੇ ਕੋਲ ਆ ਜੇ, ਮੈਂ ਸਮਝਦਾ ਵੀ ਪੰਜਾਬ ਦੀ ਨੁਹਾਰ ਬਦਲ ਜੇ। ਇੱਕ ਵਾਅਦਾ ਹੋਰ ਸੀਗਾ ਮਹਿਲਾਵਾਂ ਨੂੰ 21,000 ਦੇਣ ਦਾ, ਮਹਿਲਾਵਾਂ ਕਿਤੇ ਉਹ ਤਾਂ ਨਹੀਂ ਮੰਗਦੀਆਂ ਹੁਣ ਜਦੋਂ ਜਾਂਦੇ ਹੋ? ਦੇਖੋ, ਬਿਲਕੁਲ ਵਾਅਦਾ, ਕੋਈ ਵੀ ਵਾਅਦਾ ਅਗਰ ਕੋਈ ਵਫਾ ਨਹੀਂ ਹੋਇਆ ਉਹ ਦੱਸੋ। ਪਿਛਲੇ 2 ਸਾਲ ਦੇ ਵਿੱਚ 90% ਵਾਅਦੇ ਨੇ ਜਿਹੜੇ
ਉਹ ਆਮ ਆਦਮੀ ਪਾਰਟੀ ਨੇ ਪੂਰੇ ਕਰੇ ਨੇ। ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਇੱਕ ਵਾਅਦਾ ਜ਼ਰੂਰ ਹੈ, ਉਹਦੇ ਲਈ 3 ਸਾਲ ਦਾ ਸਮਾਂ ਬਾਕੀ ਹੈ, ਕਿਉਂਕਿ ਤਾਣਾ ਬਾਣਾ ਇੰਨਾ ਉਲਝਿਆ ਸੀ, ਜਿਹਨੂੰ ਸੁਲਝਾਉਣ ਵਾਸਤੇ ਸਮਾਂ ਚਾਹੀਦਾ। ਲੋਕ ਵੀ ਸਮਝਦੇ ਨੇ, ਅਸੀਂ ਜਦੋਂ ਗਲੀ ਮਹੱਲੇ ਜਾਂਦੇ ਹਾਂ ਸਾਨੂੰ ਨਹੀਂ ਕਦੇ ਬੀਬੀਆਂ ਨੇ ਕਿਹਾ ਵੀ ਤੁਸੀਂ ਪੈਸੇ ਨਹੀਂ ਦਿੱਤੇ, ਕਿਉਂਕਿ ਹੋਰ ਬਹੁਤ ਜ਼ਿਆਦਾ ਸਹੂਲਤਾਂ ਪਹਿਲਾਂ ਮਿਲ ਚੁੱਕੀਆਂ ਨੇ। ਅਤੇ ਮੈਂ ਇਹ ਨਹੀਂ ਕਹਿੰਦਾ ਵੀ ਉਹ ਵਾਅਦਾ ਨਹੀਂ ਵਫਾ ਹੋਊ, ਉਹ ਵੀ ਵਾਅਦਾ ਵਫਾ ਹੋਊਗਾ, 1000 ਰੁਪਇਆ ਜ਼ਰੂਰ ਦੇਣ। ਸੋ ਬਿਲਕੁਲ, ਇਹ ਸਾਨੂੰ ਵਿਧਾਇਕ ਕੁਲਵੰਤ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੀਤੇ ਕੰਮ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ, ਅਤੇ ਜਲਦ ਹੀ ਜਿਹੜਾ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕਹੀ ਗਈ ਸੀ, ਵਾਅਦਾ ਕੀਤਾ ਗਿਆ ਸੀ, ਉਹ ਵੀ ਵਾਅਦਾ ਆਉਣ ਵਾਲੇ ਸਮੇਂ ਦੇ ਪੂਰਾ ਕਰਾਂਗੇ, ਤਾਂ 13 ਦੀਆਂ 13 ਸੀਟਾਂ ਲੋਕ ਸਭਾ ਦੇ ਜਿੱਤ ਕੇ ਆਮ ਆਦਮੀ ਪਾਰਟੀ ਦੇ ਝੋਲੇ 'ਚ ਪਾਵਾਂਗੇ। ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।